ਸੈਲੀਬ੍ਰਿਟੀਜ਼ ਹੁੰਦੇ ਨੇ, ਮੈਂ ਕਹੂੰਗੀ ਫੇਮਸ ਲੋਕ ਹੁੰਦੇ ਨੇ, ਇੱਕ ਵਾਰੀ ਜਿੱਤ ਤਾਂ ਜਾਂਦੇ ਨੇ ਮੁੜ ਕੇ ਆਉਂਦੇ ਨੇ, ਇੱਕ ਇਹ ਲੋਕਾਂ ਦਾ ਬੜਾ ਸਵਾਲ ਹੁੰਦਾ ਆ ਤੇ ਕੀ ਫਿਰ ਇਹੀ ਰਹੂਗਾ ਨਾ ਵੀ ਫਰੀਦਕੋਟ ਦੇ ਵਿੱਚ ਹੀ ਤੁਸੀਂ ਰਹੋਗੇ, ਕਿਤੇ ਇਹ ਨਾ ਹੋਵੇ ਵੀ ਮੁੜ ਕੇ ਫਰੀਦਕੋਟ ਦੇ ਵਿੱਚ ਤੁਸੀਂ ਦੇਖੋ ਹੀ ਨਾ। ਦੇਖੋ ਪਹਿਲੀ ਹਿਸਟਰੀ ਬੰਦੇ ਦੀ ਦੇਖਣੀ ਚਾਹੀਦੀ ਕਿ ਪਹਿਲਾਂ ਕਿਵੇਂ ਚੱਲਿਆ। ਜਿੱਦਣ ਮੈਂ ਆਇਆ ਸਿਆਸਤ, ਜਿਹਨੂੰ ਕਹਿੰਦੇ ਸੇਵਾ ਕਹਿੰਦੇ ਵੈਸੇ ਜੀ, ਤੇ ਉਦਣ ਹੀ ਐਲਾਨ ਕਰਤਾ ਸੀ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿ ਹੁਣ ਮੈਂ ਕਮਰਸ਼ੀਅਲ ਪ੍ਰੋਗਰਾਮ ਨਹੀਂ ਕਰਿਆ ਕਰਨੇ, ਖਾੜੇ ਖੁੜੇ ਨਹੀਂ ਲਾਇਆ ਕਰਨੇ। ਕਿਉਂ? ਜਿਹਨਾਂ ਲੋਕਾਂ ਨੇ ਮੇਰੇ ਤੇ ਯਕੀਨ ਕੀਤਾ ਉਹ ਇਹ ਨਾ ਸੋਚਣ ਕਿ ਮੁੜ ਕੇ ਲੱਭਾ ਹੀ ਨਹੀਂ, ਨਜ਼ਰ ਹੀ ਨਹੀਂ ਆਇਆ। ਬੀਜੇਪੀ ਦੀ ਕੀ ਸਥਿਤੀ ਨਜ਼ਰ ਆ ਰਹੀ ਹੈ ਤੁਹਾਨੂੰ ਪੰਜਾਬ ਦੇ ਵਿੱਚ? ਜਿਵੇਂ ਕਿ ਤੁਸੀਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀ, ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰਤੀਆਂ, ਬੀਜੇਪੀ ਨੇ ਕੰਪੇਨ ਸ਼ੁਰੂ ਕਰਤੀ ਜੀ, ਉਹਨਾਂ ਨੇ ਜੀ ਤਿਆਰੀਆਂ ਕੀਤੀਆਂ। ਬਹੁਤ ਵਧੀਆ, ਬੜਾ ਅੱਛਾ ਹੈ ਜੀ, ਇਲਾਕਾ ਬਹੁਤ ਅੱਛਾ ਮਿਲਿਆ, ਹਲਕਾ ਬਾਬਾ ਫਰੀਦ ਜੀ ਦਾ ਸ਼ਹਿਰ ਹੈ, ਮੁਕੱਦਸ ਸ਼ਹਿਰ ਹੈ, ਪੂਜਣ ਯੋਗ ਧਰਤੀ ਹੈ, ਚੰਗੇ ਲੋਕ ਨੇ, ਚੰਗੀ ਜਗ੍ਹਾ ਹੈ। ਜੇ ਗੱਲ ਕਰੀਏ ਆਪਾਂ ਫਰੀਦਕੋਟ ਦੀ ਧਰਤੀ ਦੀ, ਪਹਿਲਾਂ ਤੁਸੀਂ ਦਿੱਲੀ ਤੋਂ ਜਿੱਤੇ ਹੋ ਪਰ ਹੁਣ ਸ਼ਿਫਟ ਕਰ ਦਿੱਤਾ ਗਿਆ, ਇਹ ਹਾਈਕਮਾਂਡ ਵੱਲੋਂ ਹੁਕਮ ਸੀਗਾ ਜਾਂ ਤੁਸੀਂ ਖੁਦ ਇਸ ਜਗ੍ਹਾ ਨੂੰ ਚੁਣਿਆ ਬਾਬਾ ਫਰੀਦ ਜੀ ਦੀ ਧਰਤੀ? ਬੀਜੇਪੀ ਬਹੁਤ ਸੰਗਠਨ ਵਾਲੀ ਪਾਰਟੀ ਹੈ, ਡਿਸਿਪਲਿਨ ਵਾਲੀ ਪਾਰਟੀ ਹੈ, ਕੇਡਰ ਵਾਲੀ ਪਾਰਟੀ ਹੈ। ਇਹਦੇ ਵਿੱਚ ਸਿਖਾਇਆ ਹੀ ਜਾਂਦਾ ਹੁਕਮ ਦੀ ਤਾਮੀਲ ਕਰਨਾ ਕੀ ਹੁੰਦਾ ਜੀ। ਸੋ ਇਹ ਹਾਈਕਮਾਂਡ ਦਾ ਹੁਕਮ ਸੀ, ਖਿੜੇ ਮੱਥੇ ਮੈਂ ਕਬੂਲ ਕੀਤਾ, ਪਰ ਇੱਧਰ ਉੱਧਰ ਕਿਤੇ ਹੋਰ ਭੇਜ ਦਿੰਦੇ ਤਾਂ ਸ਼ਾਇਦ ਮੇਰੇ ਮਨ 'ਚ ਤਾਂ ਜ਼ਰੂਰ ਆਉਂਦਾ, ਪਰ ਨਾ ਨੁੱਕਰ ਨਹੀਂ ਸੀ ਮੈਂ ਕਰਨੀ, ਹੁਕਮ ਹੀ ਮੰਨਣਾ ਸੀ। ਉਂਝ ਜਦੋਂ ਫਰੀਦਕੋਟ ਸ਼ਰੀਫ ਦਾ ਜ਼ਿਕਰ ਕੀਤਾ ਤੇ ਫਿਰ ਮੈਂ ਕਿਹਾ ਵੀ ਕਮਾਲ ਹੋ ਗਈ, ਕਿਉਂਕਿ ਫਰੀਦਕੋਟ ਬਾਬਾ ਫਰੀਦ ਜੀ ਦਾ ਸ਼ਹਿਰ ਹੈ, ਇਸ ਕਰਕੇ ਅੱਛਾ ਲੱਗਾ। ਪਹਿਲਾ ਰਿਐਕਸ਼ਨ ਕੀ ਸੀ ਜਦੋਂ ਉਹਨਾਂ ਨੇ ਫਰੀਦਕੋਟ ਦੀ ਧਰਤੀ ਦਾ ਤੁਹਾਡੇ ਅੱਗੇ ਨਾਮ ਰੱਖਿਆ ਵੀ ਤੁਸੀਂ ਇੱਥੋਂ ਚੋਣਾਂ ਲੜਨੀ? ਪਹਿਲਾ ਰਿਐਕਸ਼ਨ ਇਹੀ ਸੀਗਾ ਕਿ ਵਾਹ ਮੇਰਾ ਰੱਬਾ, ਮੇਰੀ ਤਕਦੀਰ ਵਿੱਚ ਉਸ ਧਰਤੀ ਦੀ ਸੇਵਾ ਆ, ਉਸ ਏਰੀਏ ਦੀ ਸੇਵਾ ਆ ਜਿੱਥੇ ਬਾਬਾ ਫਰੀਦ ਜੀ ਖੁਦ ਵਿਚਰਦੇ ਰਹੇ ਜੀ, ਔਰ ਉਸ ਹਲਕੇ 'ਚ ਦੀਨਾ ਕਾਂਗੜ ਵੀ ਆ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫਰਨਾਮਾ ਲਿਖਿਆ ਜੀ, ਹੋਰ ਬਹੁਤ ਸਾਰੇ ਸਥਾਨ ਹੈ, ਭਗਤੋਆਣਾ ਆ, ਇੱਕ ਮੈਂ ਗੀਤਾ ਭਵਨ ਗਿਆ ਮੋਗੇ, ਉੱਥੇ ਇੱਕ ਐਸੇ ਸਾਧੂ ਦੀ ਮੂਰਤੀ ਬਣੀ ਸੀ, ਮੈਂ ਪੁੱਛਿਆ ਕੌਣ ਨੇ, ਕਹਿੰਦੇ ਜੀ ਏਡੇ ਪਹੁੰਚੇ ਹੋਏ ਫਕੀਰ ਸਨ ਕਿ ਮੈਂ ਕਦੋਂ ਸਰੀਰ ਛੱਡਣਾ, ਟਾਈਮ ਤਰੀਕ ਔਰ ਕਿੱਥੇ ਮੈਂ ਬੈਠਾ ਹੋਵਾਂਗਾ, ਕੀ ਕਰਨਾ ਮੈਨੂੰ ਆਫਟਰ ਡੈਥ, ਸਾਰਾ ਕੁਝ ਲਿਖ ਕੇ ਆ ਗਿਆ, ਔਰ ਜਿਹੜਾ ਟਾਈਮ ਦਿੱਤਾ ਸੀ, ਜਿਹੜੀ ਤਰੀਕ, ਐਗਜੈਕਟ ਉਸ ਟਾਈਮ ਸਵਾਸ ਤਿਆਗ ਦਿੱਤੀ। ਸੋ ਬੜੀ ਪੀਰਾਂ ਫਕੀਰਾਂ ਦੀ ਧਰਤੀ ਆ, ਗੁਰੂਆਂ ਦੀ ਛੋਹ ਧਰਤੀ ਆ, ਜੋਗੀ ਸਿੱਧ ਫਨਕਾਰ ਵੀ, ਕਲਾਕਾਰ ਵੀ ਉੱਥੇ, ਸਿੰਗਰਸ ਵੀ ਵੱਡੇ ਵੱਡੇ ਉੱਥੇ, ਰਾਈਟਰ ਵੀ ਉੱਥੇ, ਬਹੁਤ ਅੱਛਾ ਲੱਗਿਆ।